ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪੈਰੋ ਮਾਜਰੇ ਬਸ ਸਮਾਗਮ ਚੱਲ ਰਿਹਾ ਅਤੇ ਸਾਡੇ ਵਿੱਚ ਬਾਬਾ ਜੀ ਮੌਜੂਦ ਆ। ਬਾਬਾ ਜੀ ਫਤਿਹ ਦੀ ਸਾਂਝ ਪਾਉਂਦੇ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਅੱਜ ਸਮਾਗਮ ਚੱਲ ਰਿਹਾ ਜੀ, ਸਵੇਰ ਤੋਂ ਲੈ ਕੇ ਰਾਤ ਤੱਕ ਜਿਹੜਾ ਸਮਾਗਮ ਚੱਲਣੇ ਆ, ਮਹਾਂਪੁਰਸ਼ ਪਹੁੰਚ ਰਹੇ ਹੋ, ਤੁਸੀਂ ਵੀ ਪਹੁੰਚੇ ਆ, ਅਸੀਂ ਜੀ ਸਟਾਂਡ ਟੀਮ ਵੱਲੋਂ ਤੁਹਾਨੂੰ ਵੀ ਬਹੁਤ ਜੀ ਆਇਆਂ ਕਹਿੰਦੇ ਆ, ਅਤੇ ਉਸ ਤੋਂ ਉਪਰੰਤ ਜਿਹੜਾ ਤੁਹਾਡਾ ਕੋਈ ਸਮਾਗਮ ਕਰਵਾ ਰਹੇ ਜੀ, ਉਹਦੇ ਜਿਹੜੀ ਦੇਖ ਰਹੇ ਜੀ, ਉਹ ਦਸ ਉੱਥੇ ਭਾਵਲ ਜੀ, ਭਾਵਲ 10 ਫਰਵਰੀ ਨੂੰ ਹੈ ਜੀ, ਬਾਬਾ ਦੀਪ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਦਿੰਦੇ ਹਾਂ। 2 ਮਹੀਨੇ ਪਹਿਲਾਂ ਲੜੀ ਚੱਲਦੀ ਰਹਿੰਦੀ ਹੈ, ਲੜੀ ਸਾਡੀ ਪੱਕੀਆਂ ਚੱਲਦੀ ਰਹਿੰਦੀਆਂ, ਪਰ ਉਹ ਬਾਬਾ ਜੀ ਦੇ ਨਾਂ 'ਤੇ ਚੱਲਦੀ ਰਹਿੰਦੀ ਹੈ। ਉੱਥੇ ਫਿਰ 10 ਫਰਵਰੀ ਨੂੰ ਪਹਿਲਾਂ ਬਾਬਾ ਟਾਹਲਾ ਸਾਹਿਬ ਜਾਂਦੇ ਆ, ਉੱਥੇ ਜਾ ਕੇ ਫਿਰ ਇੱਥੇ 10, 8, 9, 10 ਫਰਵਰੀ ਇੱਥੇ ਮਨਾਉਂਦੇ ਆ। ਬਹੁਤ ਸਾਰੀਆਂ ਸੰਗਤਾਂ ਰਹੀਆਂ ਸਰ, 24-75 ਸਾਲ ਤੋਂ ਚੱਲਦੀ ਹੈ ਲਗਾਤਾਰ, ਇੱਥੇ ਸੰਗਤਾਂ ਆਈਆਂ, ਉੱਥੇ ਸਾਰੀਆਂ ਸੰਗਤ ਦਰਸ਼ਨ, ਬੇਨਤੀ ਹੈ ਕਿ ਸਾਰੀਆਂ ਸੰਗਤ ਦਰਸ਼ਨ ਦੇਣ, ਉੱਥੇ ਤੁਸੀਂ ਵੀ ਆਇਓ ਸਾਰੇ ਜਣੇ ਆ ਜਾਓ। ਬਾਬਾ ਜੀ ਘੋੜਿਆਂ ਦੀ ਦੌੜੀਆਂ ਵੀ ਕਰਾਉਣੀਆਂ ਉੱਥੇ। ਅੱਛਾ ਜੀ, ਹਾਂ ਅਤੇ ਬਾਬਾ ਜੀ ਮਹਾਂਪੁਰਸ਼ਾਂ ਦਾ ਸੰਗਤ ਤੁਸੀਂ ਵੀ ਕੀਤਾ ਹੋਣਾ। ਅਸੀਂ ਸੰਗਤ ਬਹੁਤ ਕਰੀ ਆ, ਸਾਡੇ ਬਜ਼ੁਰਗ ਮਹਾਂਪੁਰਖਾਂ ਦੇ ਨਾਲ, ਸਭ ਤੋਂ ਪਹਿਲਾਂ ਸਾਡੇ ਬਾਪੂ ਜੀ ਹਰਭਜਨ ਸਿੰਘ, ਭਾਈ ਸਰਦੂਲ ਸਿੰਘ, ਸਰਦੂਲ ਸਿੰਘ ਦੀ ਭੈਣ, ਇੱਕ ਮਾਨ ਸਿੰਘ ਦਾ ਝੱਲੀਆਂ ਦਾ, ਇਹ ਚਾਰੇ ਸੇਵਾਦਾਰ ਦੇ ਬਾਬਾ ਜੀ ਪਰਿਵਾਰ ਛੋੜੇ ਗੁਰਦੁਆਰਾ ਬਣਾਉਂਦੇ ਸਾਡੇ ਕੋਟਾ ਨਾਨਕੇ ਆ। ਬਾਬਾ ਜੀ ਸਾਡੇ ਮਾਮੇ ਨਾਲ ਬਹੁਤ ਪ੍ਰੇਮ ਤਾ, ਬਾਬਾ ਜੀ ਉੱਥੇ ਰਹਿਣ ਤੇ ਇੱਦਾਂ ਦਾ ਬਾਅਦ 'ਚ ਆਏ ਬਾਬਾ ਜੀ, ਪਹਿਲਾਂ ਸਾਰਾ ਗੁਰਦੁਆਰਾ ਬਣਾਇਆ ਇਹਨਾਂ ਉੱਥੇ। ਬਾਬਾ ਜੀ ਇੱਦਾਂ ਦਾ ਵਾਕਿਆ ਕੋਈ ਸਾਂਝਾ ਕਰਨਾ ਚਾਹੋ? ਕਾਹਦਾ ਵਾਕਿਆ, ਇਹਦਾ ਬ੍ਰਹਮਗਰੀ ਦਾ ਖੇਡਾਂ ਕਿਤੇ ਇੱਕ ਹੈ, ਬਹੁਤ ਖੇਡਾਂ ਇਹਦੀਆਂ, ਖੇਡਾਂ ਬਹੁਤ ਹੈ ਇਹਦਾ, ਸਾਰਾ ਦਿਨੇ ਬਸ ਰਾਤ ਦਿਨ ਇੱਕੋ ਹੀ ਹੁੰਦਾ ਇਹਨਾਂ ਦਾ, ਇਹਨਾਂ ਦਾ ਕੋਈ ਕਿਸੇ ਨੇ ਭੇਦ ਨਹੀਂ ਪਾਇਆ, ਸਾਰੀ ਸਾਰਾ ਨਲਕਾ ਕਢਵਾਈ ਜਾਣਾ, ਪਾਣੀ ਜਿਹਨਾਂ ਆਈ ਜਾਣਾ, 100-100 ਵਾਰ ਠੰਡੇ ਪਾਣੀ ਜਿਹਨਾਂ ਆਈ ਜਾਣਾ ਉੱਥੇ ਸਰਸਾ ਕੱਢੇ, ਉਹਦਾ ਫਿਰ ਉੱਥੇ ਮੁੰਡਾ ਇੱਕ ਮਾਰਦਾ ਬਦਮਾਸ਼ ਨੇ, 9 ਰਾਤ ਇਹਨਾਂ ਦੇ ਉਹ ਖੇਡ ਹੁੰਦੀ ਆ, ਛੱਡ ਕੇ ਬਾਬਾ ਜੀ ਇੱਧਰ ਆ ਗਏ, ਇੱਥੇ ਫਿਰ ਤੁਹਾਨੂੰ ਪਤਾ ਹੀ ਕਿਹੜਾ ਰੌਣਕਾਂ ਲਾਤੀਆਂ ਇੱਥੇ। ਇਹ ਬਾਬਾ ਜੀ ਚਮਕੌਰ ਸਾਰੀ ਜੰਗ ਨੇ ਆਪ ਕਰੀ ਆ, ਬਾਬਾ ਜੀ ਨੇ ਜੰਗ ਚਮਕੌਰ ਸਾਰੀ ਆਪ ਕਰੀ ਆ, ਬਾਬਾ ਪਿਆਰ ਸੀ ਬ੍ਰਹਮ ਗਿਆਨੀ ਸਾਧੂ ਸੀ, ਇਹ ਸਾਰੀਆਂ ਫੌਜਾਂ ਮਹਾਰਾਜੇ ਜਥੇਦਾਰ ਤੇ ਬੜੇ ਜੰਗ ਯੁੱਧ ਨੇ ਕਰੇ, ਮਹਾਰਾਜ ਦੇ ਨਾਲ ਰਹੇ ਸਾਰੀ ਉਮਰ, ਕਈ ਜਨਮਾਂ ਤੋਂ ਚਲੇ ਆਉਂਦੇ ਇਹ, ਇੱਕ ਤਾਂ ਇੱਕ ਦਿਨ ਦੀ ਖੇਡ ਥੋੜ੍ਹਾ ਹੁੰਦੀ ਹੈ, ਬ੍ਰਹਮ ਗਿਆਨੀ ਤਾਂ ਪਤਾ ਨਹੀਂ ਕਿਆ ਕਿਆ ਜਨਮਾਂ ਦੇ ਨਾਲੇ ਮਹਾਰਾਜ, ਇਹ ਸਾਰਾ ਇਲਾਕਾ ਤਾਰਤਾ ਉਹਨਾਂ ਸਾਡਾ, ਸਾਰਾ ਇਲਾਕਾ ਬਹੁਤ ਦੂਰ ਦੂਰ ਤੱਕ ਬੜੇ ਗੁਰਦੁਆਰੇ ਬਣਾਏ, ਲੰਗਰ ਚਲਾਏ, ਬਹੁਤ ਸੰਗਤਾਂ ਨੂੰ ਤਾਰਿਆ ਇਹਨਾਂ ਨੇ, ਬਹੁਤ ਇਹਨਾਂ ਦੀ ਕਿਰਪਾ ਸਾਡੇ ਇਲਾਕੇ 'ਤੇ ਬਹੁਤ, ਤਾਂ ਹੀ ਸਾਰੀਆਂ ਸੰਗਤ ਦੇਖੋ ਇੱਥੇ ਨਾ ਧੱਕਾ ਪੈਂਦਾ, ਸਾਰੀਆਂ ਸੰਗਤਾਂ ਆਉਂਦੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਂਪੁਰਸ਼ਾਂ ਵੱਲੋਂ ਵੀ ਜਿਹੜਾ ਸਮਾਗਮ ਦੱਸਿਆ ਗਿਆ, ਤੁਸੀਂ ਉੱਥੇ ਜ਼ਰੂਰ ਪਹੁੰਚੋ। ਕੈਮਰਾਮੈਨ ਅਮਨਦੀਪ ਸਿੰਘ ਦੇ ਨਾਲ ਜੀ ਸਟਾਰ ਟੀਮ ਦੇ ਕਿਰਪਾਲ ਸਿੰਘ ਲੋਗੜ।